ਅੱਜ ਦਾ ਸਾਡਾ ਜਿਹੜਾ ਸ਼ੋਅ ਹੈ ਖਾਸ ਤੌਰ ਤੇ ਜਿਵੇਂ ਆਪਾਂ ਦੇਖਦੇ ਆ ਕੈਨੇਡਾ ਦੇ ਵਿੱਚ ਬਹੁਤ ਪੈਨਿਕ ਬਣਿਆ ਹੋਇਆ ਸਟੂਡੈਂਟ ਡਰਿਆ ਹੋਇਆ ਵੀ ਕਿਸ ਤਰ੍ਹਾਂ ਦੇ ਨਾਲ ਉਹਦੇ ਵੀਜ਼ੇ ਆਉਣਗੇ ਨਹੀਂ ਆਉਣਗੇ ਕਿਉਂਕਿ ਕੈਨੇਡੀਅਨ ਗਵਰਨਮੈਂਟ ਔਰ ਇੰਡੀਅਨ ਗਵਰਨਮੈਂਟ ਦੇ ਵਿੱਚ ਆਪਸ ਵਿੱਚ ਜਿਹੜੀ ਖਿੱਚੋ ਤਾਣ ਚੱਲ ਰਹੀ ਹੈ ਉਸ ਦਾ ਕੀ ਖਮਿਆਜਾ ਸਟੂਡੈਂਟ ਨੂੰ ਤਾਂ ਨਹੀਂ ਪੁੱਕਤਣਾ ਪਊਗਾ ਇਹਨਾਂ ਸਾਰੀਆਂ ਗੱਲਾਂ ਤੇ ਔਰ ਕਿਹੜਾ ਇਨਟੇਕ ਤੁਹਾਨੂੰ ਮਿਲੇਗਾ ਕਿੰਨੇ ਬੈਂਡ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਪੀਟੀ ਵਾਲੇ ਸਟੂਡੈਂਟ ਦੇ ਵੀਜ਼ੇ ਆਉਣੇ ਸ਼ੁਰੂ ਹੋ ਗਏ ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਡਿਸਕਸ ਕਰਾਂਗੇ ਸਾਡੇ ਨਾਲ ਨੇ ਲ ਸ਼ਿਕਾ ਜੀ ਤੇ ਤੁਹਾਨੂੰ ਦੱਸ ਦਈਏ ਕਿ ਅਲਵੀ ਸਰ ਹਮੇਸ਼ਾ ਹੀ ਸਾਡੇ ਨਾਲ ਮੌਜੂਦ ਰਹਿੰਦੇ ਆ ਸਟੂਡੈਂਟ ਨੂੰ ਅਵੇਅਰ ਕਰਨ ਦੇ ਲਈ ਜਾਗਰੂਕ ਕਰਨ ਦੇ ਲਈ ਤੁਸੀਂ ਕਿਸ ਤਰ੍ਹਾਂ ਦੇ ਨਾਲ ਸਹੀ ਕੋਰਸ ਕਰਕੇ ਆਪਣਾ ਫਿਊਚਰ ਹੈ ਜਿਹੜਾ ਬ੍ਰਾਈਟ ਬਣਾ ਸਕਦੇ ਹੋ ਕੈਨੇਡਾ ਦੇ ਵਿੱਚ ਯੂਕੇ ਆਸਟ੍ਰੇਲੀਆ ਜਾਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਜਿਹੜਾ ਸਕਰੀਨ ਤੇ ਨੰਬਰ ਹੈ ਇਸ ਦੇ ਉੱਤੇ ਕਾਲ ਕਰਕੇ ਆਪਣੀ ਪੂਰੀ ਜਾਣਕਾਰੀ ਲੈ ਸਕਦੇ ਹੋ ਔਰ ਸਰ ਸਭ ਤੋਂ ਪਹਿਲਾਂ ਸਵਾਲ ਜਿਹੜਾ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਵੀ ਹੁਣੇ ਜਿਵੇਂ ਅੱਜ ਵੀ ਖਬਰ ਆਈ ਹੈ ਵੀ ਜਿਹੜੀ ਅ ਇੰਡੀਅਨ ਗਵਰਨਮੈਂਟ ਹੈ ਉਹਨਾਂ ਨੇ ਕੈਨੇਡੀਅਨ ਸਿਟੀਜ਼ਨ ਦੇ ਵੀਜ਼ਿਆਂ ਤੇ ਅਨਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਹੈ ਯਾਨੀ ਕਿ ਉਹਨਾਂ ਨੂੰ ਵੀਜ਼ਾ ਨਹੀਂ ਮਿਲੂਗਾ ਉਹ ਇੰਡੀਆ ਟਰੈਵਲ ਨਹੀਂ ਕਰ ਸਕਦੇ ਪਰ ਜਿਹੜੇ ਇੰਡੀਆ ਤੋਂ ਕੈਨੇਡਾ ਜਾਣਗੇ ਕਿ ਇਸ ਤਰ੍ਹਾਂ ਦਾ ਸਟੂਡੈਂਟ ਬਹੁਤ ਡਰਿਆ ਹੋਇਆ ਵੀ ਕਿਤੇ ਉਹਨਾਂ ਨੂੰ ਇਸ ਦਾ ਖਮਿਆਜਾ ਤਾਂ ਨਹੀਂ ਭੁਗਤਣਾ ਪੈ ਸਕਦਾ ਨਹੀਂ ਸਰ ਦੇਖੋ ਪਾਜੀ ਦੇ ਵਿੱਚ ਜੇ ਆਪਾਂ ਇੱਕ ਚੀਜ਼ ਦੇਖੇ ਕਿ ਆਪਾਂ ਉਹਨੂੰ ਉਸ ਨੋਟਿਸ ਨੂੰ ਧਿਆਨ ਨਾਲ ਦੇਖਿਓ ਤੇ ਇਹ ਆ ਲਿਖਿਆ ਹੈ ਕਿ ਵੀਜ਼ਾ ਸਰਵਿਸਿਜ਼ ਫੋਰ ਕੈਨੇਡੀਅਨ ਸਿਟੀਜ਼ਨ ਸਸਪੈਂਡਡ ਟੀਲ ਫਰਦਰ ਨੋਟਿਸ ਉਹਨਾਂ ਨੇ ਕਿਹਾ ਕਿ ਹਮੇਸ਼ਾ ਵਾਸਤੇ ਰੋਕ ਨਹੀਂ ਲਗਾਈ ਹੈ ਟਿਲ ਫਰਦਰ ਨੋਟਿਸ ਹੈ ਦੇਖੋ ਇਹ politically ਕਿ इशू ਆ ਗਿਆ ਗਵਰਨਮੈਂਟ ਦੇ ਵਿੱਚ ਹਮੇਸ਼ਾ ਆਪਸ ਦੇ ਵਿੱਚ ਕਈ ਵਾਰ ਪਿਆਰ ਬਹੁਤ ਜ਼ਿਆਦਾ ਹੁੰਦਾ ਹੈ ਕਈ ਵਾਰ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਇਸ਼ੂ ਆ ਆ ਜਾਂਦੇ ਆ ਤਾਂ ਇਹ ਉਹਨਾਂ ਦੇ ਡਿਸੀਜਨਸ ਹੈਗੇ ਲੇਕਿਨ ਕੈਨੇਡੀਅਨ ਹਾਈ ਕਮਿਸ਼ਨ ਨੇ ਜਾਂ ਕੈਨੇਡੀਅਨ ਗਵਰਨਮੈਂਟ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਆਪਾਂ ਇੰਡੀਅਨ ਸਟੂਡੈਂਟ ਨੂੰ ਵੀਜ਼ਾ ਨਹੀਂ ਦੇਣਾ ਤਾਂ ਇਹ ਤਾਂ ਬਾਕੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਭਾਜੀ ਇਸ ਮੁੱਦੇ ਤੇ ਮੈਂ ਇੱਕ ਬਹੁਤ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਵੀ ਆਪਾਂ ਕੈਨੇਡੀਅਨ ਦੀ ਗੱਲ ਕਰ ਰਹੇ ਆ ਜਾਂ ਜਿਵੇਂ ਕਿਸੇ ਵੀ ਕੰਟਰੀ ਦੀ ਮੈਂ ਅਕੇਲਾ ਕੈਨੇਡਾ ਨੂੰ ਨਹੀਂ ਫੋਕਸ ਕਰਦਾ ਕਿਸੇ ਵੀ ਕੰਟਰੀ ਦੀ ਗੱਲ ਕਰਨਾ ਉਹਨਾਂ ਨੂੰ ਇੱਕ ਸਭ ਤੋਂ ਈਜ਼ੀ ਵੇ ਆਫ ਇਨਕਮ ਸੋਰਸ ਜੋ ਹੈਗਾ ਔਰ ਜੋ ਉਹਨਾਂ ਨੂੰ ਲੇਬਰ ਸਸਤੀ ਮਿਲਦੀ ਹੈਗੀ ਹੈ ਵਰਕਰ ਸਸਤੇ ਮਿਲਦੇ ਆ ਉਹ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤੇ ਇੱਕ ਸਟੂਡੈਂਟ ਜੀਆਈਸੀ ਔਰ ਫੀਸ ਨੂੰ ਮਿਲਾ ਕੇ ਨਿਰਵਾੜ 15-16 ਲੱਖ ਰੁਪਇਆ ਕੈਨੇਡੀਅਨ ਗਵਰਨਮੈਂਟ ਨੂੰ ਇਨਕਮ ਦੇ ਰਿਹਾ ਉੱਥੇ ਫੰਡਸ ਜਾ ਰਹੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੈਨੇਡਾ ਗਵਰਨਮੈਂਟ ਆਪਣਾ ਸੋਰਸ ਆਫ ਇਨਕਮ ਜਿੱਥੇ ਕੀ 57% ਮੋਰ ਥੈਨ 57% ਜੋ ਇੰਟਰਨੈਸ਼ਨਲ ਕੈਨੇਡਾ ਵਿੱਚ ਸਟੂਡੈਂਟਸ ਹੈਗੇ ਆ ਉਹ ਇੰਡੀਅਨਸ ਹੈਗੇ ਤਾਂ ਉਹਨਾਂ ਉੱਤੇ ਕੋਈ ਇਦਾਂ ਦੀ ਰੋਕ ਲਗਾਏਗਾ ਤੇ ਆਪਾਂ ਹਮੇਸ਼ਾ ਹੀ ਦੇਖਦੇ ਆਂ ਵੀ ਉੱਥੇ ਸਟੂਡੈਂਟ ਵੈਸੇ ਤਾਂ ਕਈ ਵੀਡੀਓ ਵੀ ਵਾਇਰਲ ਹੁੰਦੀਆਂ ਆ ਵੀ ਸਟੂਡੈਂਟ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਬਹੁਤ ਪਰੇਸ਼ਾਨ ਹੈ ਪਰ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਨਾਲ ਦੀ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਵੀ ਦੇਖਦੇ ਆਂ ਵੀ ਉੱਥੇ ਬਹੁਤ ਲੋਕ ਸਕਸੈਸ ਹੋਏ ਆ ਜਿਹੜੇ ਇੱਥੋਂ ਗਏ ਆ ਜਿਨ੍ਹਾਂ ਨੂੰ ਕੰਮ ਆਉਂਦਾ ਸਕਿਲਡ ਵਰਕਰ ਜਿਹੜੇ ਨੇ ਅੱਜ ਵੀ ਕੈਨੇਡਾ ਉਹਨਾਂ ਨੂੰ ਲੱਭ ਰਿਹਾ ਹੈ ਉਹਨਾਂ ਨੂੰ ਲੋਡ ਹੈਗੀ ਹੈ ਕਿਉਂਕਿ ਲਗਾਤਾਰ ਅਲੱਗ-ਅਲੱਗ ਤਰੀਕੇ ਹੀ ਸਟੂਡੈਂਟ ਆ ਜਿਹੜੇ ਜਾਂਦੇ ਹੀ ਵੀਡੀਓ ਪਾ ਦਿੰਦੇ ਆ ਵੀ ਆਪਾਂ ਦੇਖਦੇ ਆਂ ਵੀ ਸਾਨੂੰ ਕੰਮ ਨਹੀਂ ਮਿਲ ਰਿਆ ਰਹਿਣ ਲਈ ਜਗ੍ਹਾ ਨਹੀਂ ਮਿਲਨੀ acommodation ਚ ਪ੍ਰੋਬਲਮ ਆ ਰਹੀ ਹੈ ਇਸ ਬਾਰੇ ਵੀ ਤੁਸੀਂ ਸਟੂਡੈਂਟ ਨੂੰ ਥੋੜਾ ਜਿਹਾ ਜਾਗਰੂਕ ਕਰੋ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕੈਨੇਡਾ ਦੇ ਵਿੱਚ ਹੈਗੀਆਂ ਹੀ ਨਹੀਂ ਜੀ ਪਾਜੀ ਦੇਖੋ ਇਹਦੇ ਵਿੱਚ ਮੈਂ ਕਹਿੰਦਾ ਕਿ ایਆਫਐਸ ਦੇ ਰਾਹੀਂ ਜੇ ਆਪਾਂ ਜਨਵਰੀ ਤੋਂ ਗੱਲ ਕਰਨੇ ਆਂ ਜਨਵਰੀ ਤੋਂ ਅੱਜ ਤੱਕ ਵੀ ਆਪਾਂ ਜਿੰਨੇ ਸਟੂਡੈਂਟ ਭੇਜਿਆ ਮੈਨੂੰ ਇੱਕ ਵੀ ਸਟੂਡੈਂਟ ਪਹਿਲੀ ਗੱਲ ਮੈਂ ਦੱਸ ਦਿਆਂ ਜਿਸ ਵੀ ਬੱਚੇ ਨੇ ਜਿਵੇਂ ਹੁਣ ਸਪਟੰਬਰ ਇਨਟੇਕ ਵਾਸਤੇ ਟਰੈਵਲ ਕਰ ਰਿਹਾ ਜਿਸ ਵੀ ਬੱਚੇ ਨੇ ਟਰੈਵਲ ਕਰਨਾ ਐਟ ਲੀਸਟ 1 ਮਹੀਨਾ ਪਹਿਲਾਂ ਇੱਥੇ ਤੋਂ ਹੀ ਸਰਚ ਕਰਨਾ ਸ਼ੁਰੂ ਕਰ ਲਿਆ ਆਪਣੇ ਸਟੇ ਦੇ ਵਾਸਤੇ ਮੌਕੇ ਤੇ ਹਰ ਚੀਜ਼ ਤੁਹਾਨੂੰ ਕਾਸਟਲੀ ਮਿਲਦੀ ਹੈ ਤੇ ਤੁਹਾਨੂੰ ਕਈ ਵਾਰ ਪੌਕੇਟ ਵੀ ਅਫੋਰਡ ਨਹੀਂ ਕਰ ਸਕਦੇ ਹੋ ਦੇਖੋ ਤੁਹਾਨੂੰ ਇੱਕ ਆਪਣਾ ਬਜਟ ਆਪਾਂ ਲੈ ਕੇ ਚੱਲਨੇ ਆ 400 ਤੋਂ 500 ਡਾਲਰ ਸਾਨੂੰ ਸ਼ੇਅਰਿੰਗ ਦੇ ਵਿੱਚ ਰੂਮ ਮਿਲ ਜਾਂਦਾ ਆਪਾਂ ਇੱਥੇ ਅਰੇਂਜਮੈਂਟ ਕਰਕੇ ਜਾਵਾਂਗੇ ਫਿਰ ਜ਼ਿਆਦਾ ਵਧੀਆ ਰਹਿੰਦਾ ਆਪਾਂ ਮੌਕੇ ਤੇ ਲਗੇ ਚ ਲੈ ਕੇ ਕਿਸੇ ਘਰ ਦੇ ਬਾਹਰ ਜਾਂ ਕਿਸੇ ਪਹਿਲਾਂ 3-4 ਦਿਨ ਕਿਸੇ ਕੋਲ ਰੁੱਕੇ ਫਿਰ ਇਮੀਡੀਏਟਲੀ ਹੁਣ ਕਾਵਾਂਗੇ ਵੀ ਆਪਾਂ ਨੂੰ ਸਾਨੂੰ ਹੁਣ ਨਾਲ ਨਾਲ ਹੀ ਕਮਰਾ ਚਾਹੀਦਾ ਹੈ ਆਬਵੀਅਸਲੀ ਮੌਕੇ ਦਾ ਫਾਇਦਾ ਹਰ ਕੋਈ ਚਾਹੁੰਦਾ ਹੈ ਤਾਂ ਉਹ ਜੋ ਤੁਹਾਨੂੰ 1200 ਜਾਂ 1500 ਡਾਲਰ ਦੇ ਵਿੱਚ 1 ਰੂਮ ਸੈੱਟ ਮਿਲਦਾ ਹੈ ਆ ਬੇਸਮੈਂਟ ਮਿਲਦੀ ਹੈ ਫਰਸਟ ਫਲੋਰ ਮਿਲਦਾ ਹੈ ਉਹ ਇਹ ਤੁਹਾਨੂੰ 2200 ਤੋਂ 2500 ਡਾਲਰ ਪਹੁੰਚ ਜਾਂਦਾ ਤਾਂ ਇਸ ਚੀਜ਼ ਦੀ ਸਟੂਡੈਂਟ ਨੂੰ ਹਮੇਸ਼ਾ ਪ੍ਰੈਪਰੇਸ਼ਨ ਕਰਕੇ ਚੱਲਣਾ ਚਾਹੀਦਾ ਹੈ ਜਿੰਨوں ਕੀ ਔਰ ਦੂਜੀ ਕੁਮੇਟਰੀ ਗੱਲ ਮੈਂ ਕਹਿੰਨਾ ਐਟ ਲੀਸਟ ਤੁਸੀਂ ਪਹਿਲਾਂ ਹੀ ਇਹ ਮੰਨ ਕੇ ਚਲੋ ਤੁਹਾਨੂੰ 2 ਮਹੀਨੇ ਤੱਕ ਕੰਮ ਨਹੀਂ ਮਿਲੇਗਾ ਦੇਖੋ ਤੁਸੀਂ ਸਕਿਲਡ ਕੈਟਾਗਰੀ ਵਿੱਚ ਨਹੀਂ ਜਾ ਰਹੇ ਤੁਸੀਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟਸ ਜਾ ਰਹੇ ਹੋ ਸਕਿਲਡ ਕੈਟਾਗਰੀ ਆ ਹੁਣ ਦੇਖੋ ਕੈਨੇਡਾ ਨੇ ਪਿਛਲੇ ਹਫਤੇ ਹੀ 2400 ਦੇ ਆਸ-ਪਾਸ 홀ੀਡੇ ਵਰਕਰ ਵੀਜ਼ਾ ਗ੍ਰਾਂਟ ਕੀਤੇ ਆ ਇਟ ਮੀਨਸ ਉਹਨਾਂ ਨੂੰ ਸਕੈਟਾਗਰੀ ਦੀ ਰਿਕੁਆਇਰਮੈਂਟ ਹੈ ਕਿ ਇਸ ਕਰਕੇ ਵੀਜ਼ਾ ਗ੍ਰਾਂਟ ਕੀਤੇ ਆ ਤਾਂ ਨਾ ਕੰਮ ਦੀ ਘਾਟ ਹੈ ਨਾ ਰਹਿਣ ਦੀ ਘਾਟ ਹੈ ਆ ਔਰ ਅੱਪਾ ਇਹਦੇ ਵਿੱਚ ਵੀ ਇਹ ਚੀਜ਼ ਦੇਖਣਾ ਕਿ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੋ ਤੰਬੂ ਵਗੈਰਾ ਸ਼ੋਅ ਕਰ ਰਿਹਾ ਵੀ ਦੇਖੋ ਜੀ ਸਾਨੂੰ ਰਹਿਣ ਦੀ ਥਾਂ ਨਹੀਂ ਮਿਲ ਰਹੀ ਉਹ ਇੱਕੋ ਹੀ ਏਰੀਆ ਜੀਟੀ ਏਰੀਆ ਗ੍ਰੇਟਰ ਟਰੰਟ ਏਰੀਆ ਸਿਰਫ ਉੱਥੇ ਦੇ ਹੀ ਵੀਡੀਓ ਜੋ ਹੈ ਇਦਾਂ ਦੇ ਆਨਲਾਈਨ ਆ ਰਹੇ ਆ ਇਹ ਕੁਛ ਇਦਾਂ ਦੇ ਪਾਰਟ ਹੈਗਾ ਕਿ ਜੋ ਚੰਦ ਇਹ ਜਾਣਦੇ ਸਾਨੂੰ ਬਹੁਤ ਕੁਝ ਮਿਲ ਜਾਏ ਇੰਨਾ इजीली ਕਦੇ ਨਹੀਂ ਮਿਲਦਾ ਤੁਸੀਂ ਜਦੋਂ ਆਪਣੀ ਵੀਜ਼ਾ ਫਾਈਲ ਲਗਾਉਂਦੇ ਹੋ ਤੁਹਾਡਾ ਪਹਿਲਾ ਹੁੰਦਾ ਕਿ ਹਾਂ ਕੀ ਮੈਨੂੰ ਇਸ ਕੋਰਸ ਤੇ ਵਰਕ ਪਰਮਿਟ ਮਿਲੇਗਾ ਉਸ ਤੋਂ ਬਾਅਦ ਕੀ ਇਹ ਪੀਆਰ ਵਾਸਤੇ ਹੈਲਪਫੁਲ ਹੋਏਗਾ ਮੇਰਾ ਕੋਰਸ ਅਜੇ ਤੱਕ ਆਪਾਂ ਉਸ ਪੁਆਇੰਟ ਤੇ ਤਾਂ ਪਹੁੰਚੇ ਹੀ ਨਹੀਂ ਨਾ ਆਪਾਂ ਤਾਂ ਜਾਸੂਤਰ ਵੀ ਬਣਾ ਕੇ ਵੀਡੀਓ ਪਾਤਾ ਜੀ ਮੈਨੂੰ ਰਹਿਣ ਦੀ ਥਾਂ ਨਹੀਂ ਮਿਲ ਰਹੀ ਇਦਾਂ ਨਹੀਂ ਹੈਗਾ ਆਈਐਫਐਸ ਦੇ ਰਾਹੀਂ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਪੋਸਟ ਲੈਂਡਿੰਗ ਸਰਵਿਸਿਜ਼ ਚ ਚਾਹੀਦੀਆਂ ਹੈਗੀਆਂ ਤੁਸੀਂ ਚਾਹੁੰਦੇ ਹੋ ਸਟੇ ਤੁਹਾਡਾ ਪ੍ਰੀ ਅਰੇਂਜ ਕੀਤਾ ਜਾਵੇ ਆਪਾਂ ਕਰ ਸਕਨੇ ਆ ਆਪਾਂ ਉਹਨਾਂ ਚੀਜ਼ਾਂ ਵਿੱਚ ਤੁਹਾਡੀ ਹੈਲਪ ਕਰ ਦਿੰਨੇ ਹੁੰਦੇ ਆ ਲੇਕਿਨ ਉਹ ਫਿਰ ਬੱਚੇ ਨੂੰ ਉਹਦੇ ਅਕੋਰਡਿੰਗਲੀ ਆਪਣਾ ਬਜਟ ਵੀ ਦੇਖਣਾ ਪੈਂਦਾ ਉਹ ਸਾਰੀਆਂ ਚੀਜ਼ਾਂ ਦੇਖਣਾ ਪੈਂਦੀਆਂ ਔਰ ਮੋਸਟਲੀ ਮੈਂ ਇਹਦੇ ਕਾਫੀ ਥਾਂ ਹਾਂ ਤੇ ਬੱਚੇ ਜੋ ਹੈਗੇ ਨਾ ਇੱਥੋਂ ਆਪਣਾ ਪ੍ਰੀ ਅਰੇਂਜਮੈਂਟ ਕਰਕੇ ਨਹੀਂ ਜਾਂਦੇ ਜਦੋਂ ਵੀਜ਼ਾ ਆਉਂਦਾ ਹੈ ਉਦੋਂ ਸ਼ਾਪਿੰਗ ਹੋਰ ਇਹਨਾਂ ਸੀਜ਼ਨਾਂ ਤੇ ਉਹ ਜ਼ਿਆਦਾ ਲੱਗ ਜਾਂਦੇ ਆ ਰਾਦਰ ਦੈਨ Airbnb ਇਹ ਤੁਸੀਂ ਉਹਦੇ ਤੇ ਕਮਰੇ ਸਰਚ ਕਰੋ ਬਹੁਤ ਆਰਾਮ ਨਾਲ ਮਿਲਦੇ ਆ ਮੇਰੇ ਆਪ ਦੇ ਸਟੂਡੈਂਟ ਹੁਣ ਜੋ ਸਪਟੈਂਬਰ ਇਨਟੇਕ ਦੇ ਵਿੱਚ ਗਿਆ ਇੱਕ ਤਾਂ ਪਰਸੋ ਹੀ ਪਹੁੰਚਿਆ ਜੇ ਸਾਰੇ ਵੈਲ ਐਸਟੈਬਲਿਸ਼ਡ ਹੈ ਗਿਆ ਔਰ ਇੱਥੇ ਮੈਂ ਇੱਕ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਜ਼ਰੂਰ ਕਿ ਜਿੱਦਾਂ ਆਪਾਂ 5.5 ਔਰ ਟੋਫਲ ਜਾਂ ਪੀਟੀ ਨੂੰ ਲੈ ਕੇ ਅਜੇ ਵੀ ਡਾਊਟ ਦੇ ਵਿੱਚ ਹੈ ਗਿਆ ਬਿਕੋਜ਼ ਮੈਨੂੰ ਇਦਾਂ ਇੱਕ ਸਟੂਡੈਂਟ ਨੇ ਮਿਲ ਕੇ ਹੀ ਗੱਲ ਦੱਸੀ ਕਿ ਸਰ ਮੇਰਾ ਕੈਨੇਡਾ ਪਾਈ ਗਿਆ ਹੋਇਆ ਤੇ ਉਹ ਤਾਂ ਇਹ ਕਹਿ ਰਿਹਾ ਵੀ ਜਦ ਤੱਕ 6 6 6 ਸਾਰਿਆਂ ਚ ਨਹੀਂ ਹੋਣਗੇ ਤਾਂ ਤੇਰਾ ਵੀਜ਼ਾ ਨਹੀਂ ਆਏਗਾ ਇਦਾਂ ਨਹੀਂ ਹੈ ایਫਐਸ 63 ਤੁਹਾਨੂੰ ਵੀਜ਼ਾ ਸ਼ੇਅਰ ਕਰੇਗਾ ਹੁਣ ਸਕਸੈਸਫੁਲ ਸਟੋਰੀਜ਼ ਜੋ ਬੱਚੇ ਆਪਣੇ ਆਪਣੀ ਮੁਖੀ ਬੋਲਣਗੇ ਜਿਨ੍ਹਾਂ ਨੇ ਟਾਫਲ ਜਾਂ ਪੀਟੀ ਔਰ ਦੋ ਸਾਢੇ ਪੰਜ ਦਿਨਾਂ ਨਾਲ ਆਪਣੇ ਵੀਜ਼ਾ ਸਾਢੇ ਰਾਹੀਂ ਸਕਸੈਸਫੁਲੀ ਗੇਨ ਕੀਤੇ ਆ ਸਰ ਇੱਕ ਸਵਾਲ ਹੋਰ ਹੈ ਜਿਵੇਂ ਚਲੋ ਇਹ ਕੈਨੇਡਾ ਦੀ ਔਰ ਇੰਡੀਆ ਦੀ ਜਿਹੜੀ ਖਿੱਚੋਤਾਣ ਚੱਲ ਰਹੀ ਹੈ ਕਿ ਦੂਜੇ ਨੂੰ ਕਾਫੀ ਜ਼ਿਆਦਾ ਮੈਸੇਜ ਟਵੀਟ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣੀਆਂ ਸੋਸ਼ਲ ਮੀਡੀਆ ਤਾਂ ਭਰਿਆ ਪਿਆ ਨਿਊਜ਼ ਦੇ ਨਾਲ ਵੀ ਆਪਸੀ ਸਬੰਧ ਖਰਾਬ ਹੋ ਰਿਹਾ ਇਹ ਪਰ ਤੁਹਾਨੂੰ ਕੀ ਲੱਗਦਾ ਵੀਜ਼ਾ ਆ ਰਹੇ ਆ ਕੋਈ ਰੀਸੈਂਟ ਵੀਜ਼ਾ ਆਇਆ ਆਪਣਾ ਸਰ ਅੱਜ ਹੀ ਸਾਡੀ ਇੱਕ ਪਾਸਪੋਰਟ ਰਿਕੁਐਸਟ ਆਈ ਹੈ ਠੀਕ ਹੈ ਹੁਣ ਆਬਵੀਅਸਲੀ ਪਾਸਪੋਰਟ ਰਿਕੁਐਸਟ ਆਈ ਹੈ ਤਾਂ ਕੱਲ ਪਰਸੋ ਤੱਕ ਉਹਦਾ ਪਾਸਪੋਰਟ ਸਟੈਂਪਿੰਗ ਵਾਸਤੇ ਜਾਏਗਾ ਅੱਜ ਦੀ ਤੁਸੀਂ ਡੇਟ ਧਿਆਨ ਨਾਲ ਯਾਦ ਕਰ ਲਓ 21 ਸਪਟੈਂਬਰ ਆਸ ਦੀ ਡੇਟ ਹੈਗੀ ਹੈ ਤੁਹਾਨੂੰ ਮੈਂ ਆ ਸੇਮ ਡੇਟ ਦਾ ਵੀਜ਼ਾ ਜੋ ਹੈਗਾ ਆਣ ਵਾਲੇ 10 12 ਦਿਨਾਂ ਚ ਜਿਵੇਂ ਪਾਸਪੋਰਟ ਸਟੈਂਪੋ ਆ ਕੇ ਆਂਦਾ ਹੈ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਬੱਚਾ ਵੀ ਆਪ ਜ਼ੁਬਾਨੀ ਦੱਸੇਗਾ ਵੀਜ਼ਾ ਤੇ ਕੋਈ ਰੋਕ ਨਹੀਂ ਹੈ ਫਾਈਲਾਂ ਲੱਗ ਰਹੀਆਂ ਦੇਖੋ ਜੇ ਇਦਾਂ ਦੀ ਕੋਈ ਸਸਪੈਂਸ਼ਨ ਹੋਣਦੀ ਹੈ ਤਾਂ ਦਾ ਬੱਚਿਆਂ ਦੀ ਬਾਇਓਮੈਟ੍ਰਿਕ ਰਿਕੁਐਸਟ ਵੀ ਤੁਸੀਂ VFS ਜਾਓ ਦੇਖੋ ਕੈਨੇਡਾ ਦੇ ਬਾਇਓਮੈਟ੍ਰਿਕ ਹੋ ਰਿਹਾ ਔਰ PPR ਵੀ ਆ ਰਹੀਆਂ ਪਾਸਪੋਰਟ ਸਟੈਂਪਿੰਗ ਵੀ ਹੋ ਰਹੀ ਹੈ ਔਰ ਆਪਾਂ ਨਾ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖ ਲੈਨੇ ਆ ਮੈਂ ਜਿਵੇਂ ਹੁਣ ਇੱਕ ਪਲੇਟਫਾਰਮ ਤੇ ਦੇਖਿਆ ਸੀ ਉੱਥੇ ਇੱਕ ਬੰਦੇ ਨੇ ਵੀਡੀਓ ਪਾਇਆ ਕਿ ਆ ਇੰਡੀਆ ਨੇ ਅਨਾਉਂਸ ਕਰਤਾ ਹੈ ਕਿ ਜੋ ਵੀ ਹੁਣ ਕੈਨੇਡਾ ਛੱਡ ਕੇ ਵਾਪਸ ਆਏਗਾ ਉਹਨੂੰ 1 ਕਰੋੜ ਰੁਪਏ ਮਿਲੇਗਾ 에ਅਰਪੋਰਟ ਤੇ ਹੀ ਤਾਂ ਇਦਾਂ ਦੀ ਨਿਊਜ਼ ਤਾਂ ਤੁਸੀਂ ਆਪ ਹੀ ਅੰਡਰਸਟੈਂਡ ਕਰ ਸਕਦੇ ਹੋ ਇਦਾਂ ਦਾ ਕੁਝ ਨਹੀਂ ਹੈ ਸੋਸ਼ਲ ਤੁਸੀਂ ਦੇਖੋ ਸੋਸ਼ਲ ਮੀਡੀਆ ਸਾਨੂੰ ਕਾਫੀ ਹੱਦ ਤੱਕ ਜਾਗਰੂਕ ਵੀ ਕਰਦਾ ਹੈ ਆਨਲਾਈਨ ਪਲੇਟਫ ਲੇਕਿਨ ਜਦੋਂ ਵੀ ਆਪਾਂ ਕਿਸੇ ਨਿਊਜ਼ ਦਾ ਫੈਕਟ ਸੱਚਾਈ ਜਾਣਨੀ ਹੈ ਜੋ ਵੀ ਤੁਹਾਨੂੰ ਆਨਲਾਈਨ ਮਿਲਿਆ ਉਹਨੂੰ ਉਸ ਕੰਟਰੀ ਦੀ ਹਾਈ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਕਿ ਕੀ ਉੱਥੇ ਸੇਮ ਚੀਜ਼ ਪੋਸਟ ਹੋਈ ਹੈ ਜੇ ਪੋਸਟ ਹੋਈ ਹੈ ਤਾਂ ਉਸ ਚੀਜ਼ ਸੱਚ ਹੈਗੀ ਹੈ ਬਾਕੀ ਕਾਫੀ ਆਨਲਾਈਨ ਕਾਫੀ ਬੰਦੇ ਇਦਾਂ ਦੇ ਬੈਠੇ ਆ ਜੋ ਆਪਣੇ ਫਾਲੋਅਰ ਵਧਾਉਣ ਵਾਸਤੇ ਕੁਝ ਇਦਾਂ ਦੀਆਂ ਇਦਾਂ ਦੀਆਂ ਨਮਕ ਮਸਾਲਾ ਲਗਾ ਕੇ ਤੁਹਾਨੂੰ ਨਿਊਜ਼ ਦੱਸ ਦਿੰਦੇ ਆ ਬਿਕੋਜ਼ ਉਹਨਾਂ ਨੂੰ ਤਾਂ ਵਿਊਜ਼ ਨਾਲ ਮਤਲਬ ਹੁੰਦਾ ਉਹਨਾਂ ਨੂੰ ਇਹ ਜ਼ਰਾ ਮਤਲਬ ਨਹੀਂ ਹੈ ਕਿ ਕੋਈ ਇੱਕ ਬੱਚਾ ਜੇ ਇਹਨੂੰ ਸੀਰੀਅਸ ਲੈ ਲਵੇ ਉਹਦੀ ਲਾਈਫ ਤੇ ਕੀ ਇੰਪੈਕਟ ਪਏਗਾ ਜਿਵੇਂ ਮੈਂ ਆਪਣੇ ਭਾਜੀ ਗੱਲ ਬੱਚੇ ਦੀ ਤੁਹਾਡੇ ਨਾਲ ਸ਼ੇਅਰ ਕਰਨਾ ਬੱਚੇ ਨੂੰ ਸਕਸੈਸਫੁਲੀ ਕੈਨੇਡਾ ਦਾ ਵੀਜ਼ਾ ਮਿਲ ਗਿਆ ਸੀ ਔਰ ਉਹਨੇ ਫਲਾਈ ਕਰਨਾ ਸੀਗਾ ਉਹਨੇ ਆਨਲਾਈਨ ਹੀ ਉਹ ਦੇਖਿਆ ਕਿ ਬਈ ਕੈਨੇਡਾ ਦੇ ਵਿੱਚ ਤਾਂ ਕੰਮ ਨਹੀਂ ਹੈਗਾ ਬੱਚੇ ਨੇ ਹਾਈ ਕਮਿਸ਼ਨ ਨੂੰ ਮੇਲ ਕਰਕੇ ਆਪਣਾ ਵੀਜ਼ਾ ਹੀ ਕੈਨਸਲ ਕਰਵਾ ਲਿਆ ਫੀਸ ਰਿਫੰਡ ਲੈਣ ਵਾਸਤੇ ਅਨਫੋਰਚੂਨੇਟਲੀ ਬੱਚਾ ਜੋ ਪਾਸਪੋਰਟ ਹੋਲਡਰ ਸੀਗਾ ਜੰਮੂ ਐਂਡ ਕਸ਼ਮੀਰ ਦਾ ਉਹਨੇ ਕਿਹਾ ਮੈਂ ਆਸਟ੍ਰੇਲੀਆ ਪ੍ਰੋਸੀਡ ਕਰ ਲੈਣਾ ਹੁਣ ਵਟੋਤਾ ਸਾਨੂੰ ਪਤਾ ਹੈ ਕਿ ਆਸਟ੍ਰੇਲੀਆ ਨੇ ਜਿੱਦਾਂ ਜੰਮੂ ਕਸ਼ਮੀਰ ਹਰਿਆਣਾ ਪੰਜਾਬ ਉੱਤਰਾਖੰਡ ਗੁਜਰਾਤ ਇਹਨਾਂ ਬੱਚਿਆਂ ਤੇ ਕਾਫੀ ਸਟ੍ਰਿਕਟ ਹੈ ਉਹ ਜਿਸ ਯੂਨੀਵਰਸਿਟੀ ਜਾਣਾ ਚਾਹੁੰਦਾ ਸੀ ਉਹਨਾਂ ਨੇ ਉਹਨੂੰ ਆਫਰ ਲੈਟਰ ਤੱਕ ਨਹੀਂ ਦਿੱਤਾ ਇੱਕ ਪਾਸੇ ਉਹਨੇ ਸਿਰਫ ਜਸਟ ਆਨਲਾਈਨ ਇੱਕ ਨਿਊਜ਼ ਦੇਖ ਕੇ ਉਹਦੇ ਤੇ ਟਰਸਟ ਕਰਕੇ ਆਪਣਾ ਵੀਜ਼ਾ ਹੀ ਰਿਵੋਕ ਕਰਾ ਲਿਆ ਕੀ ਫਾਇਦਾ ਮਿਲਿਆ ਬੱਚੇ ਨੂੰ ਹੁਣ ਇੰਡੀਆ ਹੀ ਬੈਠਿਆ ਤੇ ਇਦਾਂ ਦੀਆਂ ਖਬਰਾਂ ਦੇ ਉੱਤੇ ਜੇ ਆਪਾਂ ਚੀਜ਼ ਦੇਖਣੀ ਹੈ ਫੈਕਟ ਕਰਨਾ ਹੈ ਤਾਂ ਉਹ ਪਹਿਲਾਂ ਤੁਸੀਂ ਹਾਈ ਕਮਿਸ਼ਨ ਦੀ ਵੈਬਸਾਈਟ ਚੈੱਕ ਕਰੋ ਔਰ ਦੂਜੀ ਗੱਲ ਹਰ ਬੱਚਾ ਆਪਣੇ ਮਾਈਂਡ ਚਾਹਤ ਚੀਜ਼ ਜ਼ਰੂਰ ਲੈ ਕੇ ਚੱਲੇ ਕਿ ਜਾਂਦੇ ਹੀ ਉਹਨੂੰ ਕੋਈ ਕੰਮ ਜਾਂ ਫਿਰ ਇਮੀਡੀਏਟਲੀ ਨਹੀਂ ਮਿਲੇਗਾ ਸਟਰਗਲ ਆਪਣਾ ਇੱਥੇ ਵੀ ਕਰਨਿਆ ਨਾ ਤਾਂ ਉੱਥੇ ਵੀ ਸਾਨੂੰ ਸਟਰਗਲ ਕਰਨਾ ਪਏਗਾ ਦੂਜੀ ਗੱਲ ਜਿਹਨੇ ਵੀ ਆਨਲਾਈਨ ਪਾਰਿਆ ਵੇ ਕੈਨੇਡਾ ਕੰਮ ਨਹੀਂ ਹੈ ਨਾ ਆਉ ਨਾ ਆਉ ਤੁਸੀਂ ਉਹਨਾਂ ਨੂੰ ਇੱਕ ਚੀਜ਼ ਪੁੱਛੋ ਕਿ ਭਾਜੀ ਤੁਸੀਂ ਵਾਪਸੀ ਦੀ ਟਿਕਟ ਕਦਿਆ ਕਰਾ ਰਹੇ ਹੋ ਉਹ ਸ਼ੇਅਰ ਕਰ ਦਿਓ ਸਾਡੇ ਨਾਲ ਉਹ ਤਾਂ ਨਹੀਂ ਵਾਪਸ ਆ ਰਹੇ ਉਹ ਤੁਹਾਨੂੰ ਸਿਰਫ ਆਣ ਤੋਂ ਰੋਕ ਰਿਹਾ ਉਹ ਕੁਛ ਇਦਾਂ ਦੇ ਹੈ ਗਿਆ ਕਿ ਜੋ ਨਹੀਂ ਚਾਹੁੰਦੇ ਕਿ ਤੁਸੀਂ ਉੱਥੇ ਪਹੁੰਚ ਪਾਓ ਹੁਣ ਉਹ ਨਹੀਂ ਪਤਾ ਉਹ ਕਿਉਂ ਇੰਨਾ ਦੇ ਕੰਮ ਕਰਦੇ ਆ ਅ ਤਾਂ ਜਿਵੇਂ ਸਰ ਨੇ ਦੱਸਿਆ ਕਿ ਇਸ ਟਾਈਮ ਕੈਨੇਡਾ ਬਹੁਤ ਹੀ ਵੱਡੀ ਗਿਣਤੀ ਦੇ ਸਟੂਡੈਂਟ ਨੂੰ ਵੈਲਕਮ ਕਰ ਰਿਹਾ ਹੈ ਵੀਜ਼ੇ ਦੇ ਰਿਹਾ ਔਰ ਤੁਸੀਂ ਵੀ ਜੇਕਰ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ੇ ਬਾਰੇ ਕੋਈ ਵੀ ਤੁਹਾਡਾ ਸਵਾਲ ਹੈ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਉੱਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਲਵੀਰ ਸਰ ਨੂੰ ਤਾਂ ਸੈਕਟਰ 40 ਸੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਔਰ ਪੂਰੀ ਜਾਣਕਾਰੀ ਹੈ ਜਿਹੜੀ ਆਪਣੀ ले ਸਕਦੇ ਹੋ ਤੁਹਾਡੇ ડોਕੂਮੈਂਟ ਨੇ ਤੁਸੀਂ WhatsApp ਦੇ ਉੱਪਰ ਸੈਂਡ ਕਰ ਸਕਦੇ ਹੋ ਸੈਂਡ ਕਰਕੇ ਕੱਲ ਜਾਂ ਕਿਸੇ ਵੀ ਟਾਈਮ ਤੁਸੀਂ ਮਾਰਨਿੰਗ ਦੇ ਵਿੱਚ ਕਾਲ ਕਰਕੇ ਜਿਹੜੀ ਅਸੈਸਮੈਂਟ ਕਰਾ ਸਕਦੇ ਹੋ ਆਨਲਾਈਨ ਵੀ ਤੁਸੀਂ ਆਪਣੀ ਜਾਣਕਾਰੀ ਜਿਹੜੀ ਵਿਜ਼ੇ ਬਾਰੇ ਪੂਰੀ ਲੈ ਸਕਦੇ ਹੋ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਸ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੁਣ ਮੈਨੂੰ ਵੀ ਦਿਓ ਇਜਾਜ਼ਤ